ਖਬਰ ਮਿਲੀ ਆ ਕਿ ਮਟੀਕਾ ਦੇ ਵਿੱਚ ਗੋਲੀਆਂ ਚੱਲੀਆਂ ਮਟੀਕਾ ਦੇ ਰਮਨ ਸਿੱਧੂ ਫੇਮਸ ਪ੍ਰੋਮੋਟਰ ਰਮਨ ਸਿੱਧੂ ਦੇ ਘਰ ਗੋਲੀਆਂ ਚੱਲੀਆਂ ਤੇ ਜ਼ਿੰਮੇਦਾਰੀ ਜਾਂ ਉਹਨਾਂ ਨੂੰ ਕਾਲਸ ਆ ਰਹੀਆਂ ਲਾਰੈਂਸ ਬਸ਼ਨੋਈ ਗਰੁੱਪ ਵੱਲੋਂ ਤੇ ਸੁਣਦੇ ਆਪਾਂ ਹਰਸੁਖ ਸਿੰਘ ਤੋਂ ਸਾਰੀ ਖਬਰ ਕੀ ਹੈ ਇਹ ਖਬਰ ਹਨੀ ਬਰਾੜ ਸਾਹਿਬ ਬੜੀ ਹੈਰਾਨੀਜਨਕ ਖਬਰ ਆਈ ਹੈ ਤੇ ਇਹ ਖਬਰ ਸੁਣ ਕੇ ਜਿਹੜਾ ਵੀ ਇਥੋਂ ਦਾ ਕੋਈ 4 ਰੁਪਏ ਕਮਾਉਣ ਵਾਲਾ ਬੰਦਾ ਉਹਨੂੰ ਆਪਣੇ ਆਪ ਦੀ ਚਿੰਤਾ ਪੈ ਗਈ ਹੋਊਗੀ ਕਿ ਪਈ ਉੱਥੇ ਸਾਰਾ ਕੁਝ ਛੱਡ ਗਿਆ ਇਸਾਂ ਤੇ ਇਹ ਤਾਂ ਸਾਡੇ ਪਿੱਛੇ ਲੱਗ ਤੁਰੇ ਇੱਥੋਂ ਤੱਕ ਪਹੁੰਚ ਗਏ। ਸੋ ਰਮਨ ਸਿੱਧੂ ਹੁਰੀ ਪ੍ਰੋਮੋਟਰ ਨੇ ਇੱਕ ਫੇਮਸ ਚਿਹਰਾ ਹੈ ਕੈਲੀਫੋਰਨੀਆ ਦਾ ਜਿਹੜਾ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਤੇ ਟਰੱਕਿੰਗ ਕੰਪਨੀ ਦਾ ਓਨਰ ਹੈ ਰਮਨ ਸਿੱਧੂ ਜੋ ਕੈਲੀਫੋਰਨੀਆ ਦੀ ਸੈਂਡਵਾਕਿੰਗ ਕਾਉਂਟੀ ਦੇ ਮੈਂਟਿਕਾ ਸ਼ਹਿਰ ਦੇ ਵਿੱਚ ਰਹਿੰਦਾ ਹੈ ਉੱਥੋਂ ਆਪਣਾ ਬਿਜ਼ਨਸ ਰਨ ਕਰਦਾ ਹੈ। ਸੋ ਆਪਾਂ ਦੇਖਿਆ ਕਿ ਕੈਲੀਫੋਰਨੀਆ ਦੇ ਵਿੱਚ ਰੀਸੈਂਟਲੀ ਇੱਕ ਸ਼ੋ ਹੋਇਆ ਰਣਜੀਤ ਬਾਵਾ ਹੋਰਾਂ ਦਾ ਉਹ ਵੀ ਇਹਨਾਂ ਦੇ ਯਤਨਾਂ ਸਦਕਾ ਹੋਇਆ ਸੀ ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਕਿ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੁਰਨਾਮ ਪੁੱਲਰ ਜਸ ਬਾਜਵਾ ਹਣੀ ਸਿੰਘ ਵਾਰਿਸ ਬ੍ਰਦਰਸ ਬੱਬੂ ਮਾਨ ਸ਼ਿਵ ਜੋਤ ਤੇ ਹੋਰ ਅਨੇਕਾਂ ਪੰਜਾਬੀ ਸਿੰਗਰਾਂ ਦੇ ਸ਼ੋਅ ਕਰਵਾਏ ਨੇ ਰਮਨ ਸਿੱਧੂ ਹੋਰਾਂ ਨੇ ਤੇ ਐਸੇ ਬੰਦੇ ਦੇ ਉੱਤੇ ਪਹਿਲਾਂ ਉਹਨੂੰ ਧਮਕੀਆਂ ਦੇਣੀਆਂ ਤੇ ਉਹਦੇ ਵੱਲੋਂ ਬਾਅਦ ਵਿੱਚ ਉਹਦੇ ਤੇ ਹਮਲਾ ਕਰ ਦੇਣਾ ਇੱਕ ਬਹੁਤ ਵੱਡਾ ਕੰਮ ਹੈ ਬਹੁਤ ਹੀ ਇੱਕ ਤੁਸੀਂ ਕਹੋ ਕਿ ਮਾੜੀ ਹਰਕਤ ਹੈ ਅ ਜਿਵੇਂ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸੀਕ੍ਰੀਟ ਸੋਰਸ ਤੋਂ ਅਕਤੂਬਰ ਦੇ ਵਿੱਚ ਇਹਨਾਂ ਤੋਂ ਫਰौती ਮੰਗੀ ਗਈ ਸੀ ਪ੍ਰੋਟੈਕਸ਼ਨ ਮਨੀ ਮੰਗੀ ਗਈ ਸੀ ਲੌਰੈਂਸ ਬਿਸ਼ਨੋਈ ਦਾ ਨਾਮ ਲੈ ਕੇ ਉਹ ਸੀ ਕਿ ਨਹੀਂ ਸੀ ਇਹ ਹਜੇ ਸੱਚ ਆਉਣਾ ਸਾਹਮਣੇ ਬਾਕੀ ਹੈ ਇੰਟਰਨੈਸ਼ਨਲ ਨੰਬਰ ਤੋਂ ਇਹਨਾਂ ਦੇ ਫੋਨ ਤੇ ਕਾਲ ਆਈ ਤੇ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੂੰ ਪ੍ਰੋਮੋਟਰ ਹੈ ਖਾਸਾ ਪੈਸਾ ਕਮਾਉਣਾ ਹੁਣ ਕੁਝ ਰੁਪਏ ਸਾਨੂੰ ਵੀ ਦੇ ਇਹਨਾਂ ਨੇ ਉਹ ਕਾਲ ਇਗਨੋਰ ਕਰ ਦਿੱਤੀ ਉਦੋਂ ਬਾਅਦ ਲਗਾਤਾਰ ਇਹਨਾਂ ਨੂੰ ਵੌਇਸ ਨੋਟ ਵੀ ਆਉਂਦੇ ਰਹੇ ਤੇ ਇਹ ਜਿਹੜਾ ਸੀਕ੍ਰੀਟ ਸੋਰਸ ਹੋਂ ਇਹ ਦੱਸਿਆ ਕਿ ਇਹਨਾਂ ਨੇ ਲਗਾਤਾਰ ਜਿਹੜੇ ਵੀ ਨੰਬਰ ਤੋਂ ਕੋਈ ਮੈਸੇਜ ਆਉਂਦਾ ਸੀ ਈਦਾਂ ਦੇ ਕਾਲ ਆਉਂਦੇ ਸੀ ਉਹਨੂੰ ਬਲੌਕ ਕਰ ਦੇ ਗਏ ਹੁਣ ਰੀਸੈਂਟਲੀ ਪਿਛਲੇ ਟਿਊਜ਼ਡੇ ਨੂੰ ਰਾਤ ਨੂੰ ਤਕਰੀਬਨ 11:30 ਵਜੇ ਇਹਨਾਂ ਦੇ ਘਰ ਦੇ ਬਾਹਰ ਇਹਨਾਂ ਦੀਆਂ ਗੱਡੀਆਂ ਖੜੀਆਂ ਹੋਈਆਂ ਸੀ ਤੇ ਇਹਨਾਂ ਦੀਆਂ ਗੱਡੀਆਂ ਤੇ 10-12 ਰਾਉਂਡ ਫਾਇਰ ਕੀਤੇ ਗੋਲੀ ਚੱਲੀ ਘਰੇ ਬੈਠਾ ਸਾਰਾ ਪਰਿਵਾਰ ਬੁਰੀ ਤਰ੍ਹਾਂ ਸਹਿਮ ਚੁੱਕਿਆ ਸੀਗਾ ਫੋਟੋਸ ਦੇ ਵਿੱਚ ਸਾਡੇ ਦਰਸ਼ਕ ਦੇਖ ਲੈਣਗੇ ਕਿ ਇੱਕ ਬਲੈਕ ਕਲਰ ਦੀ ਜੀਪ ਰੈਂਗਲਰ ਆ ਉਹਨੂੰ ਛਲਨੀ ਕੀਤਾ ਹੋਇਆ ਇਹ ਫੋਟੋਸ ਵੀ ਸਾਡੇ ਨਾਲ ਉਸ ਸੀਕ੍ਰੇਟ ਸੋਰਸ ਨੇ ਸਾਂਝੀ ਕੀਤੀ ਹੈ ਜੋ ਇਹਨਾਂ ਦੇ ਕਰੀਬੀਆਂ ਦੇ ਵਿੱਚੋਂ ਹੈ ਉਹਨੇ ਦੱਸਿਆ ਕਿ ਸਾਰਾ ਜਿਹੜਾ ਪਰਿਵਾਰ ਉਹ ਡਰਿਆ ਹੋਇਆ ਤੇ ਸਹਿਮ ਦਾ ਮਾਹੌਲ ਹੈ ਤਾਂ ਕਿ ਸਾਡੇ ਘਰ ਦਾ ਕੋਈ ਵੀ ਨੁਕਸਾਨ ਨਾ ਹੋ ਜਾਏ ਉਹਨੇ ਇਹ ਦੱਸਿਆ ਕਿ ਹੁਣ ਤੱਕ ਪਰਿਵਾਰ ਨੇ ਇਹ ਗੱਲ ਆਪ ਦੇ ਤੱਕ ਹੀ ਰੱਖੀ ਹੈ ਬਾਹਰ ਨਹੀਂ ਕੀਤੀ ਕਿ ਅੱਗੇ ਸਾਡਾ ਕੋਈ ਵੱਡਾ ਨੁਕਸਾਨ ਨਾ ਕੋਈ ਕਰ ਜਾਵੇ ਇਸੇ ਡਰ ਤੋਂ ਅਜੇ ਤੱਕ ਉਹਨਾਂ ਨੇ ਗੱਲ ਆਪਦੇ ਕੋਲ ਰੱਖੀ ਐ ਸੀਕ੍ਰਟ ਸੋਰਸ ਨੇ ਸਾਨੂੰ ਇਨਫੋਰਮੇਸ਼ਨ ਜ਼ਰੂਰ ਦਿੱਤੀ ਐ ਪਰ ਉਸਨੇ ਵੀ ਕਿਹਾ ਕਿ ਮੇਰਾ ਨਾਮ ਵੀ ਤੁਸੀਂ ਟੀਵੀ ਸ਼ੋਅ ਦੇ ਵਿੱਚ ਆਪਦੀ ਨਿਊਜ਼ ਦੇ ਵਿੱਚ ਸਾਂਝਾ ਨਾ ਕਰਿਓ ਜੀ ਬ੍ਰਾਦਰ ਸਾਹਿਬ ਅਰਜੁਕ ਸਿੰਘ ਜੀ ਅਕਤੂਬਰ ਤੋਂ ਲੈ ਕੇ ਹੁਣ ਤੱਕ ਜੇ ਧਮਕੀਆਂ ਮਿਲਦੀਆਂ ਵੀ ਰਹੀਆਂ ਤਾਂ ਫਿਰ ਕਿਤੇ ਨਾ ਕਿਤੇ ਉਸ ਸ਼ਖਸ ਨੂੰ ਪੁਲਿਸ ਕੋਲੇ ਨਹੀਂ ਜਾਣਾ ਚਾਹੀਦਾ ਸੀ ਵੀ ਪੁਲਿਸ ਨੂੰ ਜਾ ਕੇ ਦੱਸ ਦੇ ਵੀ ਭਾਈ ਸਾਨੂੰ ਇਹ ਚੀਜ਼ਾਂ ਹੋ ਰਹੀਆਂ ਤਾਂ ਹੋ ਸਕਦਾ ਸੀ ਪਹਿਲਾਂ ਕੋਈ ਨਾ ਕੋਈ ਰੋਕਥਾਮ ਹੁੰਦੀ ਤੇ ਹੁਣ ਪੁਲਿਸ ਦੀ ਕੀ ਅਪਡੇਟ ਆ ਵੀ ਉਦੋਂ ਬਾਅਦ ਕੋਈ ਪੁਲਿਸ ਨਾਲ ਕੋਈ ਅਪਡੇਸ਼ਨ ਮਲਾਈ ਹੈ ਉਹਨਾਂ ਨੇ ਹਾਂਜੀ ਬਰਾਤ ਸਾਹਿਬ ਪੁਲਿਸ ਉਸੇ ਦਿਨ ਤੋਂ ਕੇਸ ਤੇ ਕੰਮ ਕਰ ਰਹੀ ਆ ਪੁਲਿਸ ਨੂੰ ਦੇਖੋ ਉਹਨਾਂ ਨੇ ਆਪ ਨਹੀਂ ਕੰਟੈਕਟ ਜੇ ਕੀਤਾ ਹੋਣਾ ਤਾਂ ਆਂਡੀਆਂ ਗਵਾਂਡੀਆਂ ਨੇ ਕਰ ਦਿੱਤਾ ਹੋਣਾ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਪਹੁੰਚੀ ਉਹਦੇ ਮੁਤਾਬਕ ਪੁਲਿਸ ਤੇ FBI ਇਨਵੈਸਟੀਗੇਟ ਕਰ ਰਹੀ ਆ ਕਿ ਉਸ ਨੂੰ ਤੇ ਅਜੇ ਤੱਕ ਉਹ ਕਿਸੇ ਸਿਰੇ ਤੇ ਨਹੀਂ ਪਹੁੰਚੇ ਕੋਈ ਬੰਦਾ ਉਹਨਾਂ ਦੇ ਹੱਥ ਨਹੀਂ ਲੱਗਾ ਪਰ ਮਾਮਲੇ ਦੀ ਜਾਂਚ ਉਹਨਾਂ ਵੱਲੋਂ ਜਾਰੀ ਹੈ ਅ ਦੂਜੀ ਗੱਲ ਤੁਸੀਂ ਜਿਹੜੀ ਕਹੀ ਕਿ ਜੇ ਅਕਤੂਬਰ ਤੋਂ ਧਮਕੀਆਂ ਆਉਂਦੀਆਂ ਸੀਗੀਆਂ ਲਗਾਤਾਰ ਆਪਾਂ ਇੱਕ ਟ੍ਰੈਂਡ ਜਾਂ ਫੋਲੋ ਹੁੰਦਾ ਦੇਖਿਆ ਕਿ ਜਦੋਂ ਤੋਂ ਸਿੱਧੂ ਮੂਸੇਵਾਲਾ ਖੁਰਾਂ ਦਾ ਕਤਲ ਹੋਇਆ ਉਦੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇੱਕ ਧੰਦਾ ਫੜ ਲਿਆ ਸੀਗਾ ਚਾਹੇ ਕੋਈ ਮਾੜਾ ਮੋਟਾ ਇਹੋ ਜਿਹਾ ਕੰਮ ਕਰਦਾ ਚਾਹੇ ਨਹੀਂ ਕਰਦਾ ਪਤਾ ਨਹੀਂ ਨੰਬਰ ਕਿੱਥੋਂ ਜਿਗਾਰਡ ਕਰ ਲੈਂਦੇ ਆ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਦਾਂ ਦੀਆਂ ਕਾਲਾਂ ਕੀਤੀਆਂ ਬਹੁਤੀ ਵਾਰ ਬੰਦਾ ਉਹਨਾਂ ਜਿਹੜਾ ਹੈਗਾ ਉਹ ਇਗਨੋਰ ਹੀ ਕਰਦਾ ਉਹਨਾਂ ਨੂੰ ਸੋ ਇਹ ਵੀ 뮤직 ਇੰਡਸਟਰੀ ਦੇ ਨਾਲ ਜੁੜੇ ਸੀ ਹੋ ਸਕਦਾ ਕਿ ਇਹਨਾਂ ਨੂੰ ਪਤਾ ਹੋਵੇ ਕਿ ਇਦਾਂ ਕੋਈ ਉਸ ਬੰਦੇ ਦੇ ਨਾਮ ਤੇ ਪੈਸੇ ਮੰਗਦਾ ਇਸ ਕਰਕੇ ਇਹਨਾਂ ਨੇ ਇਗਨੋਰ ਕੀਤਾ ਹੋਊਗਾ ਜਾਂ ਫਿਰ ਮੰਨ ਲਓ ਉਹ ਖੁਦ ਵੀ ਮੰਗਦਾ ਹੋਵੇ ਤਾਂ ਵੀ ਬੰਦਾ ਇਗਨੋਰ ਹੀ ਕਰਦਾ ਕਿਉਂਕਿ ਹਰ ਇੱਕ ਨੇ ਮਿਹਨਤ ਦਾ ਪੈਸਾ ਕਮਾਇਆ ਐਵੇਂ ਕਿਸੇ ਨੂੰ ਪੈਸਾ ਕਿਉਂ ਦਊਗਾ ਕੋਈ ਸੋ ਪੁਲਿਸ ਦੇ ਹਵਾਲੇ ਤੋਂ ਤਾਂ ਇਹੀ ਖਬਰ ਆ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਗਲੀ ਗੱਲ ਇਹ ਆ ਵੀ ਜੇਕਰ ਇਹ ਇੰਨੇ ਸਿੰਗਰਾਂ ਨਾਲ ਸ਼ੋਅ ਕਰਾਇਆ ਤੇ ਇਹ ਜਿਹੜੇ ਸ਼ੋਅ ਹੈਗੇ ਜਿੰਨੇ ਕ ਆਪਾਂ ਕਵਰ ਕੀਤੇ ਆ ਦੇਖਿਆ ਕਿ ਸ਼ੋਅਾਂ ਦੇ ਵਿੱਚ ਜ਼ਿਆਦਾਤਰ ਤਾਂ ਸਪੌਂਸਰ ਹੀ ਹੁੰਦੇ ਆ ਕੋਈ ਐਵੇਂ ਨਹੀਂ ਆਪਾਂ ਕਹਿੰਦੇ ਵੀ ਬੰਦਾ ਇੰਨੇ ਆ ਪੈਸੇ ਬਚਤ ਵਾਲਾ ਕੰਮ ਕਿੰਨਾ ਕੁ ਲੱਗਦਾ ਵੀ ਕਿੰਨੇ ਕ ਬੰਦੇ ਨੂੰ ਪੈਸੇ ਬਚ ਸਕਦੇ ਆ ਕਿਉਂਕਿ ਆਪਾਂ ਜੇ ਦੇਖਗੇ ਤਾਂ ਜਾ ਕੇ ਸ਼ੋਅ ਜਦੋਂ ਦੇਖਦੇ ਆ ਤੇ ਸਾਰੀ ਸਕਰੀਨ ਹੀ ਸਪਾਂਸਰਾਂ ਨਾਲ ਭਰੀ ਹੁੰਦੀ ਹੈ ਤੇ ਸਪਾਂਸਰ ਵੀ ਜਿਹੜੇ ਹੁੰਦੇ ਆ ਗਾਂਧੀ ਕੇ ਟਿਕਟਾਂ ਆਪਦੇ ਯਾਰਾਂ ਬਿਲਿੰਗਾਂ ਨੂੰ ਕੰਗਿਆਂ ਨੂੰ ਫ੍ਰੀ ਚ ਵੰਡ ਦਿੰਦੇ ਆ ਕੋਈ ਜ਼ਿਆਦਾ ਫਾਇਦੇ ਵਾਲਾ ਸੌਦਾ ਕਿਵੇਂ ਲੱਗਦਾ ਨਹੀਂ ਬਰਾਤ ਸਾਹਿਬ ਇਹ ਸ਼ੋਅਾਂ ਸ਼ੋਅਾਂ ਤੋਂ ਕਿਹੜੀ ਕਮਾਈ ਆ ਜੇ ਤਾਂ ਗੱਲ ਕੋਈ ਬੰਦਾ ਆਪ ਪਰਫਾਰਮ ਕਰਦਾ ਉਦੇ ਬਾਰੇ ਤਾਂ ਚਲੋ ਕਹਿ ਸਕਦੇ ਆ ਕਿ ਉਹਨੂੰ ਕੋ 2-4 ਛਿਲੜ ਵੱਜ ਜਾਂਦੇ ਹੋਣਗੇ ਪਰ ਜਿਹੜਾ ਬੰਦਾ ਪ੍ਰਮੋਟਰ ਹੈ ਉਹਨੇ ਸਪான்ਸਰ ਭਾਲਨੇ ਆ ਸ਼ੋਅ ਸਪான்ਸਰਾਂ ਦੇ ਸਿਰ ਤੇ ਚੱਲਦਾ ਇਹਦੇ ਵਿੱਚ ਪੈਸਾ ਟੱਕਾ ਬਹੁਤਾ ਨਹੀਂ ਇਹਦੇ ਵਿੱਚ ਨਾਮ ਹੀ ਆ ਬਸ ਚਾਰ ਬੰਦਿਆਂ ਦੇ ਨਾਲ ਫੋਟੋਆਂ ਖਿਡਾਲੀਆਂ ਜਾਣ ਪਛਾਣ ਹੋ ਗਈ ਲਿੰਕ ਬਣ ਗਏ ਆਪਾਂ ਕਿੰਨੇ ਕੁ ਪ੍ਰਮੋਟਰ ਦੇਖਿਆ ਜਿਨ੍ਹਾਂ ਨੇ ਬੜੇ ਵੱਡੇ ਬਿਜ਼ਨਸ ਚਲਾ ਲਏ ਨੇ ਇਨ੍ਹਾਂ ਕੰਮਾਂ ਤੋਂ ਇਨ੍ਹਾਂ ਕੰਮਾਂ ਦੇ ਵਿੱਚ ਮੇਰੇ ਖਿਆਲ ਮੁਤਾਬਕ ਬਹੁਤੀ ਕਮਾਈ ਨਹੀਂ ਗਈ ਬਸ ਨਾਮ ਆ ਕਿ ਚਾਰ ਬੰਦੇ ਨਾਲ ਫੋਟੋਆਂ ਪੈ ਜਾਂਦੀਆਂ ਕਦੇ ਕਦੇ ਸਿੰਗਰ ਬੰਦੇ ਨੂੰ ਟੈਗ ਕਰ ਦਿੰਦਾ ਲਿਖ ਕੇ ਇਫਲਾਣੀ ਨੇ ਭਾਈ ਮਿਹਨਤ ਕੀਤੀ ਆ ਸਾਡਾ ਸ਼ੋਅ ਫਲਾਣੀ ਥਾਂ ਤੇ ਲੱਗ ਗਿਆ ਬਸ ਆਹੀ ਕੁਝ ਮੈਨੂੰ ਲੱਗਦਾ ਕਿ ਖੱਟੀ ਕਮਾਈ ਆ ਬਹੁਤਾ ਪੈਸਾ ਪੂਸਾ ਨਹੀਂ ਐਵੇਂ ਲੋਕ ਸ਼ੱਕ ਕਰ ਲੈਂਦੇ ਆ ਕਿ ਫਲਾਣੀ ਦੇ ਤਾਂ ਉਹਦੇ ਨਾਲ ਵੀ ਫੋਟੋਆਂ ਖਰੀ ਉਹ ਉਸੇ ਲੈਵਲ ਦਾ ਹੀ ਬੰਦਾ ਹੋ ਗਿਆ ਇਹ ਤੁਹਾਨੂੰ ਨਹੀਂ ਲੱਗਦਾ ਵੀ ਅੱਜ ਮੈਨੂੰ ਲੱਗਦਾ ਇੱਕ ਹਫ਼ਤਾ ਹੋ ਗਿਆ ਤੇ ਨਾ ਕੋਈ ਏਡੀ ਵੱਡੀ ਕੋਈ ਨਿਊਜ਼ ਨਿਕਲ ਕੇ ਆਈ ਆ ਆਪਾਂ ਵੀ ਤਾਂ ਹੀ ਕਵਰ ਕਰ ਰਹੇ ਹਾਂ ਕਿਉਂਕਿ ਕੁਝ ਜਾਣ ਪਛਾਣ ਉਹਨਾਂ ਦੇ ਯਾਰਾ ਬੇਲੀਆਂ ਦੋਸਤਾਂ ਤੋਂ ਪਤਾ ਲੱਗਿਆ ਜਾਂ ਕੋਈ ਜਿਹੜਾ ਸੀਕ੍ਰੈਟ ਸੋਰਸ ਆ ਉਹਨੇ ਦੱਸਿਆ ਵੀ ਇਹ ਘਟਨਾ ਹੋ ਗਈ ਤੇ ਪਰਿਵਾਰ ਖੁੱਲ ਕੇ ਕਿਉਂ ਨਹੀਂ ਆ ਰਿਹਾ ਮੈਨੂੰ ਵੀ ਆਪਾਂ ਵੀ ਕੰਟੈਕਟ ਕੀਤਾ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦਾ ਇੰਟਰਵਿਊ ਵੀ ਹੋਊਗਾ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਪਰਿਵਾਰ ਬੜਾ ਡਰਿਆ ਹੋਇਆ ਕਹਿੰਦੇ ਵੀ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਗੱਲ ਬਾਹਰ ਕੱਢਗੇ ਕਿ ਨਾ ਕੱਢਗੇ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਹਾਂਜੀ ਬ੍ਰਾਡਰ ਸਾਹਿਬ ਦੇਖੋ ਜਿਹੜਾ ਬੰਦਾ ਸੁੱਖ ਦੀ ਰੋਟੀ ਖਾ ਰਿਹਾ ਜਿਹਦਾ ਵਾਸਤਾ ਇੰਨਾ ਕੀ ਆ ਕਿ ਉਹਨੇ ਕੰਮ ਤੇ ਜਾਣਾ ਆ ਕਿ ਪਰਿਵਾਰ ਦੇ ਵਿੱਚ ਬੈਠਣਾ ਹੈ ਖੁਸ਼ੀਆਂ ਖੇੜਿਆਂ ਚ ਬੰਦਾ ਰਹਿ ਰਿਹਾ ਤੇ ਅਚਾਨਕ ਸਡਨਲੀ ਉਹਦੇ ਘਰ ਤੇ ਇਦਾਂ ਦੀ ਫਾਇਰਿੰਗ ਹੋ ਜਾਵੇ ਤਾਂ ਸਹਿਮ ਦੇ ਵਿੱਚ ਤਾਂ ਉਹ ਆਊਗਾ ਹੀ ਆਊਗਾ ਇਹੀ ਕਾਰਨ ਹੈ ਕਿ ਸ਼ਾਇਦ ਉਹਨਾਂ ਦਾ ਪਰਿਵਾਰ ਡਰਿਆ ਹੋਇਆ ਤੇ ਉਹਨਾਂ ਨੇ ਇਹ ਸੋਚਿਆ ਕਿ ਭਾਈ ਨਾ ਕਿਸੇ ਨਾਲ ਗੱਲ ਕਰੀਏ ਤੇ ਨਾ ਕਿਸੇ ਨਾਲ ਵਾਹ ਵਾਸਤਾ ਰੱਖੀਏ ਸੋ ਆਬਵੀਅਸਲੀ ਜਦੋਂ ਉਹਨਾਂ ਨੇ ਆਪ ਨਹੀਂ ਗੱਲ ਕੀਤੀ ਇਸੇ ਕਰਕੇ ਕਿਸੇ ਅਖਬਾਰ ਵਿੱਚ ਨਹੀਂ ਛਪੀ ਜਾਂ ਕਿਸੇ ਚੈਨਲ ਤੇ ਨਹੀਂ ਚੱਲੀ ਹੁਣ ਵੀ ਉਹਨਾਂ ਦੇ ਕਰੀਬੀ ਜੇ ਆਪਣੇ ਨਾਲ ਤਾਲੁਕ ਨਾ ਕਰਦੇ ਤਾਂ ਸ਼ਾਇਦ ਉਹ ਇਹ ਗੱਲ ਹੈ ਜੇ ਵੀ ਦੱਬੀ ਰਹਿਣੀ ਸੀ ਪਰ ਹੁਣ ਸਾਡੀ ਆਪਣੀ ਕੋਸ਼ਿਸ਼ ਜ਼ਰੂਰ ਹੈ ਬਰਾੜ ਸਾਹਿਬ ਵੀ ਆਪਾਂ ਉਹਨਾਂ ਦਾ ਇੰਟਰਵਿਊ ਲਈਏ ਸਾਰੀ ਗੱਲ ਪੁੱਛੀਏ ਬਹੁਤ ਸਾਰੀਆਂ ਗੱਲਾਂ ਹਜੇ ਆਉਣੀਆਂ ਬਾਕੀ ਨੇ ਮਾਮਲੇ 'ਚ ਕਿੰਨੀ ਸੱਚਾਈ ਹੈ ਕਿੰਨੇ ਕੁ ਫੈਕਟ ਆ ਜਿਹੜੇ ਆਪਣੇ ਕੋਲੇ ਸਹੀ ਤਰੀਕੇ ਨਾਲ ਨਹੀਂ ਪਹੁੰਚਾਏ ਸੀ ਸੀਕ੍ਰੇਟ ਸੋਰਸ ਨੇ ਉਹ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗੂਗਾ ਪਰ ਸੀਕ੍ਰੇਟ ਸੋਰਸ ਨੇ ਇਨਫੋਰਮੇਸ਼ਨ ਇਹ ਵੀ ਦਿੱਤੀ ਹੈ ਕਿ ਜਿਹੜੀਆਂ ਉਹਨੇ ਫੋਟੋਆਂ ਭੇਜੀਆਂ ਜਿਹੜੀ ਗੱਡੀ ਛਲਨੀ ਹੋਈ ਆ ਗੋਲੀਆਂ ਦੇ ਨਾਲ ਉਹ ਐਸ ਇਟ ਇਜ਼ ਅਜੇ ਵੀ ਉਹਨਾਂ ਦੇ ਘਰੇ ਖੜੀ ਹੈ ਸੇਮ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਕੋਲ ਉਹ ਗੱਡੀ ਖੜੀ ਹੋਈ ਹੈ ਉਹ ਕਹਿੰਦਾ ਕਿ ਜੇਕਰ ਪੋਸੀਬਲ ਆ ਤੁਸੀਂ ਆਪ ਆ ਕੇ ਦੇਖ ਲਓ ਪਰ ਪਰਮਿਸ਼ਨ ਬੜੀ ਜ਼ਰੂਰੀ ਆ ਬਰਾਦਰ ਸਾਹਿਬ ਜਿੰਨਾ ਚਿਰ ਪਰਿਵਾਰ ਨਹੀਂ ਮੰਨਦਾ ਆਪਾਂ ਉਹਨਾਂ ਚਿਰ ਲੋਕਾਂ ਸਾਹਮਣੇ ਅਸਲ ਤੱਥ ਨਹੀਂ ਲਿਆ ਸਕਾਂਗੇ ਬਿਲਕੁਲ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਜੇ ਬੰਦਾ ਬਾਹਰ ਨਿਊਜ਼ ਵੀ ਕਵਰ ਕਰਦਾ ਜਾਂ ਕਿਤੇ ਬਾਹਰ ਗੱਲ ਕੱਢਦਾ ਵੀ ਆ ਤੇ ਫਿਰ ਕਿਤੇ ਨਾ ਕਿਤੇ ਪ੍ਰੈਸ਼ਰ ਨਹੀਂ ਪੈਂਦਾ ਵੀ ਹਾਂ ਬਈ ਸਿਸਟਮ ਤੇ ਜਾਂ ਫਿਰ ਹੋ ਸਕਦਾ ਵੀ ਉਹਨਾਂ ਨੂੰ ਪ੍ਰੋਟੈਕਸ਼ਨ ਮਿਲ ਜੇ ਕੋਈ ਇਸ ਤਰ੍ਹਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਬਿਲਕੁਲ ਡਾਕਟਰ ਸਾਹਿਬ ਪਰ ਆਪਾਂ ਦੇਖਿਆ ਕਿ ਇਹਨਾਂ ਦੇਸ਼ਾਂ ਦੇ ਵਿੱਚ ਪ੍ਰੋਟੈਕਸ਼ਨ ਇਨੀ ਈਜ਼ਲੀ ਤਾਂ ਨਹੀਂ ਮਿਲਦੀ ਹਾਂ ਇਹਨਾਂ ਜ਼ਰੂਰ ਆ ਜੇ ਖਬਰਾਂ ਦੇ ਵਿੱਚ ਆ ਗਿਆ ਤਾਂ ਜਿਹੜੀਆਂ ਲਾਅ ਐਨਫੋਰਸਮੈਂਟ ਆ ਵੈਸੇ ਵੀ ਉਹ ਆਪਾਂ ਦੇਖਿਆ ਇਧਰ ਲਈ ਤਾਂ ਤੰਦੇ ਹੀ ਨਾਲ ਹੀ ਕੰਮ ਕਰਦੀਆਂ ਚਲੋ ਮੰਨਦੇ ਹਾਂ ਕਿਤੇ ਨਾ ਕਿਤੇ ਇੱਕ ਇਫੈਕਟ ਹੋਰ ਜੁੜ ਜੂਗਾ ਪਰ ਉਮੀਦ ਪੂਰੀ ਹੈ ਕਿ ਲਾਅ ਐਨਫੋਰਸਮੈਂਟ ਉਹਨਾਂ ਬੰਦਿਆਂ ਤੱਕ ਜਲਦੀ ਪਹੁੰਚ ਜਾਵੇ ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਅਸਲ ਬੰਦੇ ਕੌਣ ਆ ਉਹਦੇ ਬਾਰੇ ਵੀ ਕੁਝ ਪਤਾ ਲੱਗ ਸਕੇ ਪਰ ਜਿਹੜਾ ਇਹ ਆਪਾਂ ਦੇਖਿਆ ਆਪਾਂ ਕੱਲ ਵੀ ਇੱਕ ਖਬਰ ਕੀਤੀ ਸੀ ਐਨਡੀ ਤੁਗਾ ਹੋਰਾਂ ਦੀ ਉੱਥੇ ਵੀ ਆਹੀ ਕੁਛ ਹੋਇਆ ਤੇ ਇੱਥੇ ਰਮਨ ਸਿੱਧੂ ਹੋਰਾਂ ਦੇ ਮਾਮਲੇ ਦੇ ਵਿੱਚ ਵੀ ਸੇਮ ਜੀ ਘਟਨਾ ਪੰਜਾਬ ਦੀ ਹੈ ਪਰ ਗੱਲਬਾਤ ਬਹੁਤ ਮਾੜੀ ਹੈ ਲੋਕੀ ਇਹ ਸਾਰਾ ਕੁਝ ਪਿੱਛੇ ਛੱਡ ਆਏ ਸੀ ਪਰ ਉਹ ਮਾੜੇ ਆਨਸਰ ਤੁਸੀਂ ਇਹ ਕਹੋ ਕਿ ਇੱਥੇ ਉਹਨਾਂ ਨੂੰ ਫੋਲੋ ਕਰਦੇ ਆ ਗਏ ਆ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜੋ ਹਾਲਾਤ ਬਣਦੇ ਜਾ ਰਹੇ ਆ ਯੂ ਐਸ ਏ ਅਮਰੀਕਾ ਜਾਂ ਕੈਨੇਡਾ ਇਹ ਸਾਰੇ ਦੇਸ਼ਾਂ ਦੇ ਵਿੱਚ ਵੀ ਇਹ ਗ੍ਰਾਫ ਲਗਾਤਾਰ ਵੱਧ ਸਕਦਾ ਹੈ ਘਟ ਸਕਦਾ ਹੈ ਜਾਂ ਇਸ ਦੀ ਰੋਕ-ਥਾਮ ਕਿਵੇਂ ਹੋ ਸਕਦੀ ਹੈ ਰੋਕ-ਥਾਮ ਬਰਾੜ ਸਾਹਿਬ ਇੱਕ ਮਾਈਲਸਟੋਨ ਕੰਮ ਹੋਣਾ ਚਾਹੀਦਾ ਹੈ ਇੰਡੀਆ ਦੇ ਵਿੱਚ ਜਦੋਂ ਆਪਾਂ ਰੀਸੈਂਟਲੀ ਦੇਖਿਆ ਕਿ ਇੱਥੇ ਹਰਦੀਪ ਸਿੰਘ ਨੱਜਰ ਵਾਲਾ ਮਾਮਲਾ ਸੀ ਬਿਲਕੁਲ ਡਿਫਰੈਂਟ ਆ ਚਾਹੇ ਟੋਟਲੀ ਇੱਕ ਵੱਖਰਾ ਕੰਟੈਕਸਟ ਆ ਪਰ ਦੇਖੋ ਜਦੋਂ ਇੱਥੇ ਕੋਈ ਇਦਾਂ ਦੀ ਗੜਬੜ ਹੁੰਦੀ ਹੈ ਫਿਰ ਇੱਥੋਂ ਦੀ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਆ ਉੱਥੇ ਇੰਡੀਆ ਤੇ ਜਾ ਕੇ ਪ੍ਰੈਸ਼ਰ ਪਾਉਂਦੀਆਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਹੱਥ ਹਿਲਾਉਣਾ ਪੈਂਦਾ ਹੈ ਹੁਣ ਵੀ ਜੇ ਆਹ ਕਾਰਵਾਈ ਇਸੇ ਤਰੀਕੇ ਨਾਲ ਹੁੰਦੀਆਂ ਰਹੀਆਂ ਇਦਾਂ ਦੇ ਕਾਂਡ ਹੁੰਦੇ ਰਹਿ ਫਿਰ ਇੱਥੋਂ ਦੇ ਜਿਹੜੇ ਵੱਡੇ ਲੈਵਲ ਦੇ ਬੰਦੇ ਆ ਡਿਪਲੋਮੈਟ ਲੈਵਲ ਦੇ ਫਿਰ ਉੱਥੇ ਉਹ ਕੰਟੈਕਟ ਕਰਨ ਕਿ ਕਿ ਫਲਾਣੇ ਬੰਦੇ ਦਾ ਇੱਥੋਂ ਨਾਮ ਲੈ ਕੇ ਸਾਡੇ ਸਿਟੀਜ਼ਨਸ ਤੇ ਸਾਡੇ ਵਸਿੰਦਿਆਂ ਤੇ ਇਦਾਂ ਦਾ ਹਮਲਾ ਹੁੰਦਾ ਇਹਨਾਂ ਨੂੰ ਨੱਥ ਪਾਓ ਮੈਨੂੰ ਲੱਗਦਾ ਕਿ ਹਾਲੇ ਦਾ ਉਦੋਂ ਹੀ ਨਿਕਲਣਾ ਜਦੋਂ ਇੱਥੇ ਬੈਠਿਆ ਨੇ ਡਿਪਲੋਮੈਟਸ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਤੇ ਉਹਨਾਂ ਨੂੰ ਫਿਰ ਮਜਬੂਰ ਹੋਣਾ ਬੰਦਿਆਂ ਦੇ ਜਾ ਕੇ ਗੱਲ ਨੂੰ ਹੱਥ ਪਾਉਣਾ ਪੈਣਾ ਜੀ ਬਿਲਕੁਲ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਵੀ ਜਲਦੀ ਉਹਨਾਂ ਦੇ ਅਸੀਂ ਗੱਲਬਾਤ ਸਾਡੀ ਚੱਲ ਰਹੀ ਆ ਤੇ ਉਹਨਾਂ ਨਾਲ ਇੰਟਰਵਿਊ ਕੰਡਕਟ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਦੁੱਖੜੇ ਜਾਂ ਉਹਨਾਂ ਦਾ ਜਿਹੜਾ ਡਰ ਆ ਉਹਨੂੰ ਅਸੀਂ ਥੋੜਾ ਜਿਹਾ ਲੋਕਾਂ ਸਾਹਮਣੇ ਲਿਆਵਾਂਗੇ ਵੀ ਲੋਕਾਂ ਨੂੰ ਹੌਸਲਾ ਮਿਲੇ ਉਹਨਾਂ ਨੂੰ ਵੀ ਲੋਕ ਵਾਕਈ ਉਹਨਾਂ ਦੇ ਨਾਲ ਹੈਗੇ ਆ ਤੇ ਜਲਦੀ ਉਹਨਾਂ ਦੀ ਇੰਟਰਵਿਊ ਤੁਹਾਡੇ ਤੱਕ ਲੈ ਕੇ ਆਵਾਂਗੇ ਨਾਲ ਦੀ ਨਾਲ ਅਸੀਂ ਜਿੰਨੇ ਵੀ ਤੱਥ ਸਾਡੇ ਤੋਂ ਰਹਿ ਗਏ ਜਾਂ ਕਿਉਂਕਿ ਜਿਹੜਾ ਤੀਜਾ ਬੰਦਾ ਗੱਲ ਦੱਸਦਾ ਉਹ ਅਸਲ ਨਹੀਂ ਹੁੰਦੀ ਕਈ ਵਾਰੀ ਉਹਦੇ ਵਿੱਚ ਬਹੁਤ ਸਾਰੇ ਉਹਲੇ ਛਿੱਪੇ ਹੁੰਦੇ ਆ ਜਾਂ ਕਈ ਵਾਰੀ ਕੋਈ ਫੈਕਟ ਤੋੜਮਰੋੜ ਕੇ ਪੇਸ਼ ਕੀਤਾ ਹੁੰਦਾ ਸੋ ਵੀ ਆਪਣੀ ਕੋਸ਼ਿਸ਼ ਹੋਊਗੀ ਕਿ ਕਿੱਥੋਂ ਗੱਲ ਸ਼ੁਰੂ ਹੋਈ ਕਿੱਥੇ ਪਹੁੰਚੀ ਅਸਲ ਚ ਕਾਰਨ ਕੀ ਸੀਗਾ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਲਹਾਲ ਅਸੀਂ ਸੂਤਰਾਂ ਦੇ ਹਵਾਲੇ ਜੋ ਵੀ ਸਾਨੂੰ ਮਿਲਿਆ ਅਸੀਂ ਤੁਹਾਨੂੰ ਤੱਕ ਪਹੁੰਚਾਏ